ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਰਣਜੀਤ ਸਿੰਘ ਸੇਵਾਦਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਅਤੇ ਪ੍ਰਚਾਰ ਸੇਵਾ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਧਰਨਾ ਦਲ ਬੇਨਤੀ ਕਰ ਦਿੰਦੇ ਹਾਂ ਪ੍ਰਸ਼ਾਸਨ ਨੂੰ ਵੀ ਇਹ ਵਿਰਾਸਤੀ ਨਿਸ਼ਾਨ ਆ ਸਾਡੇ, ਇਹਨਾਂ ਨੂੰ ਚਲਾਉਣ ਵਾਸਤੇ ਬੜੇ ਸਿਰ ਲੱਗੇ ਆ, ਇਸ ਕਰਕੇ ਇਹ ਨਿਸ਼ਾਨ ਦੀ ਬਹੁਤ ਵੱਡੀ ਬੇਅਦਬੀ ਕੀਤੀ ਇਹਨਾਂ ਨੇ। ਇਹਨਾਂ ਦੇ ਉੱਤੇ 295 ਧਾਰਾ ਏ ਦੇ ਤਹਿਤ, ਬਾਕੀ ਇਹ ਗੁਰੂ ਦਾ ਘਰ ਹੈ ਅਤੇ ਇੱਕ ਹਮਲਾਵਰ ਬਣ ਕੇ ਆਏ ਆ ਇਹ ਨਿਸ਼ਾਨ ਸਾਹਿਬ ਨੂੰ ਲਾਉਣ ਵਾਸਤੇ, ਅਤੇ ਜੋ ਹਮਲਾਵਰਾਂ ਦੀ ਬਣਦੀ ਹੈ ਕਿਸੇ ਦੇ ਘਰ ਦੇ ਉੱਤੇ ਜਾ ਕੇ ਅਟੈਕ ਕਰਨਾ, ਇੱਕ ਉਹ ਧਾਰਾ ਜਿਹਨੂੰ 452 ਕਹਿੰਦੇ ਆ। ਸੋ ਇਹ ਇਹਨਾਂ ਧਾਰਾ ਦੇ ਤਹਿਤ ਜਿਹੜਾ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਤੇ ਪਲੈਨਿੰਗ ਦੇ ਨਾਲ 120B। ਇਹ ਬੇਨਤੀ ਹੈ ਕਿ ਇਹ ਗੁਰੂ ਦਾ ਘਰ ਹੈ, ਇੱਕ ਆਮ ਬੰਦੇ ਦੇ ਘਰ ਦੇ ਉੱਤੇ ਹਮਲਾ ਕੀਤਾ ਜਾਵੇ, ਇੱਕ ਆਮ ਬੰਦੇ ਦੀ ਪੱਗ ਲਾ ਦਿੱਤੀ ਜਾਵੇ ਤੇ ਉੱਤੇ ਪਰਚੇ ਦਰਜ ਹੁੰਦੇ ਆ 295 ਦੇ ਲਾ ਕੇ, ਇਹ ਗੁਰੂ ਦੇ ਝੂਲ ਦੇ ਨਿਸ਼ਾਨ ਆ। ਇਹਨਾਂ ਨਿਸ਼ਾਨਾਂ ਦੀ ਛਤਰ ਛਾਇਆ ਹੇਠ ਇਹ ਅੱਜ ਹਿੰਦੁਸਤਾਨ ਦੇਸ਼ ਜਿਹੜਾ ਵਾ ਸੁੱਖ ਦਾ ਸਾਹ ਲੈ ਰਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।